ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਮੈਂ ਬੀਏ ਫਰਸਟ ਸੈਮੈਸਟਰ ਆਫ ਫਰਸਟ ਦੇ ਲਈ ਹਿਸਟਰੀ ਦਾ ਹਿਸਟਰੀ ਦਾ ਪੈਸ ਵੀਡੀਓ ਦੇ ਵਿੱਚ ਦੇਖਾਂਗੇ ਪ੍ਰੀਵੀਅਸ ਇਗਜ਼ਾਮ ਕਿਉਂਕਿ ਜਿਵੇਂ ਤੁਸੀਂ ਹੁਣ ਤੱਕ ਪੇਪਰ ਦੇ ਹੀ ਚੁੱਕੇ ਹੋ ਤੁਹਾਨੂੰ ਪਤਾ ਹੀ ਲੱਗ ਚੁੱਕਿਆ ਕਿ ਜਿਹੜੇ ਇਗਜ਼ਾਮ ਆ ਹੋਰ ਰਿਪੀਟਡ ਹੁੰਦੇ ਨੇ ਹਨਾ ਜਿਹੜੇ ਪ੍ਰੀਵੀਅਸ ਇਗਜ਼ਾਮ ਹੁੰਦੇ ਨੇ ਉਹਨਾਂ ਦੇ ਵਿੱਚੋਂ ਹੀ ਕੁਐਸਚਨਸ ਆਉਂਦੇ ਹੁੰਦੇ ਨੇ ਸੋ ਤੁਸੀਂ ਉਹਨਾਂ ਨੂੰ ਹੀ ਚੰਗੇ ਤਰੀਕੇ ਨਾਲ ਪ੍ਰਪੇਅਰ ਕਰਕੇ ਜਿਹੜੇ ਕਿ ਆਪਣੇ ਵਧੀਆ ਮਾਰਕਸ ਲੈ ਸਕਦੇ ਹੋ ਸੋ ਇਸ ਦੇ ਵਿੱਚ ਆਪਾਂ 4 ਤੋਂ 5 ਪ੍ਰੀਵੀਅਸ ਇਗਜ਼ਾਮ ਦੇਖਾਂਗੇ ਤੇ ਨਾਲ ਦੇ ਨਾਲ ਆਪਾਂ ਸਿਲੇਬਸ ਵੀ ਦੇਖਾਂਗੇ ਤੇ ਦੇਖਾਂਗੇ ਵੀ ਆਪਾਂ ਕਿਹੜਾ ਪੋਰਸ਼ਨ ਤੁਸੀਂ ਛੱਡ ਸਕਦੇ ਹੋ ਤੇ ਕਿਹੜੇ ਨੂੰ ਸ਼ਾਰਟ ਦੇ ਲਈ ਤੁਸੀਂ ਪ੍ਰਪੇਅਰ ਕਰ ਸਕਦੇ ਹੋ ਆਪਾਂ ਸਾਰਾ ਕੁਝ ਇਸ ਵੀਡੀਓ ਵਿੱਚ ਡਿਸਕਸ ਕਰ ਰਹੇ ਹਾਂ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੇ ਸ਼ੇਅਰ ਜ਼ਰੂਰ ਕਰਨਾ ਤੇ ਆਪਾਂ ਮੈਪ ਜਿਹੜੇ ਕਿ ਤੁਹਾਡੇ ਸਿਲੇਬਸ ਦੇ ਵਿੱਚ ਨੇ ਉਹਨਾਂ ਦੀਆਂ ਵੀਡੀਓਜ਼ ਵੀ ਅਪਲੋਡ ਕਰਾਂਗੇ ਅੱਜ ਤੁਹਾਨੂੰ ਸ਼ਾਮ ਤੱਕ ਮਿਲ ਜਾਣੀ ਹੈ ਵੀਡੀਓ ਜਿਹੜੇ ਕਿ ਮਹਾਤਮਾ ਬੁੱਧਾ ਔਰ ਮਹਾਵੀਰ ਜੈਨ ਧਰਮ ਨਾਲ ਸੰਬੰਧਿਤ ਜਿਹੜੇ ਸਥਾਨ ਨੇ ਉਹ ਬਹੁਤ ਰਿਪੀਟ ਹੋਇਆ ਹੋਇਆ ਹੈ ਮੈਪ ਆ ਸੋ ਉਹਦੇ ਅੱਜ ਵੀਡੀਓ ਅਪਲੋਡ ਕਰਾਈ ਦੇਣੀ ਆਪਾਂ ਨੇ ਬਾਕੀ ਜਿਹੜੇ ਰਹਿਣਗੇ ਉਹ ਬਾਅਦ ਚੋਂ ਕਰਾਂਗੇ ਕੱਲ ਹਾਂਜੀ ਇਸ ਦੇ ਵਿੱਚ ਹਿਸਟਰੀ ਦਾ ਜਿਹੜਾ ਸਿਲੇਬਸ ਹੈ ਸਟੂਡੈਂਟਸ ਜਿਹੜੇ ਰੈਗੂਲਰ ਸਟੂਡੈਂਟਸ ਨੇ ਉਹਨਾਂ ਨੂੰ ਤਾਂ ਇਹ ਜਿਹੜੇ ਕਿ ਐਗਜ਼ਾਮ ਆ 75 ਮਾਰਕਸ ਦਾ ਹੋਣਾ ਪਹਿਲਾਂ ਆਪਾਂ ਪੈਟਰਨ ਵੀ ਦੇਖ ਲਈਏ 75 ਮਾਰਕਸ ਦਾ ਉਹਨਾਂ ਤੇ ਜਿਹੜੇ ਪ੍ਰਾਈਵੇਟ ਤੇ ਸੀਸੀ ਡਿਪਾਰਟਮੈਂਟ ਵਾਲੇ ਸਟੂਡੈਂਟਸ ਨੇ ਉਹਨਾਂ ਦਾ 100 ਮਾਰਕਸ ਦਾ ਐਗਜ਼ਾਮ ਹੋਣਾ ਤੇ 75 ਦੇ ਵਿੱਚੋਂ ਜਿਹੜੇ ਕਿ ਤੁਸੀਂ ਪਾਸਿੰਗ ਮਾਰਕਸ ਲੈਣੇ ਹੁੰਦੇ ਨੇ 27 ਰੈਗੂਲਰ ਵਾਲੇ ਤੇ ਜਿਹੜੇ ਸੀਸੀ ਤੇ ਜਿਹੜੇ ਕਿ ਪ੍ਰਾਈਵੇਟ ਸਟੂਡੈਂਟਸ ਨੇ ਉਹ 35 35 ਅੰਕ ਲੈਣੇ ਹੋਣਗੇ ਉਹਨਾਂ ਨੂੰ ਪਾਸ ਹੋਣ ਦੇ ਲਈ ਤੇ ਸਟੂਡੈਂਟਸ ਜਿਹੜਾ ਇਹ ਐਗਜ਼ਾਮ ਦਾ ਪੈਟਰਨ ਰਹੂਗਾ ਇਹਦੇ ਵਿੱਚ ਜਿਵੇਂ ਸੇਮ ਪੋਲੀਟੀਕਲ ਦੀ ਤਰ੍ਹਾਂ ਹੀ ਹੋਊਗਾ ਪੋਲੀਟੀਕਲ ਸਾਇੰਸ ਦੀ ਤਰ੍ਹਾਂ ਬਸ ਪੋਲੀਟੀਕਲ ਸਾਇੰਸ ਦੇ ਵਿੱਚ ਕੁਐਸ਼ਨਸ ਜ਼ਿਆਦਾ ਸੀ ਸ਼ਾਰਟ ਇਹਦੇ ਵਿੱਚ ਸ਼ਾਰਟ ਕੱਟ ਕੁਐਸ਼ਨ ਹੋਣਗੇ ਉੱਥੇ ਤਾਂ ਉਹਨੂੰ 16 ਕੁਐਸ਼ਨ ਸੀ ਇੱਥੇ ਹੋਣਗੇ ਸਿਰਫ ਆਉਣ ਲਈ 8 ਛੋਟੇ ਕੁਐਸ਼ਨ ਬਾਕੀ ਲੌਂਗ ਦਾ ਪੈਟਰਨ ਹੋਮੀ ਰਹੂਗਾ ਸੈਕਸ਼ਨ 3 ਹੋਣਗੇ ਸੈਕਸ਼ਨ A ਐਂਡ B ਤੇ C C ਸੈਕਸ਼ਨ ਦੇ ਵਿੱਚ ਸ਼ਾਰਟ ਕੁਐਸ਼ਨਸ ਹੋਣਗੇ ਸ਼ਾਰਟ ਕੁਐਸ਼ਨ ਹੋਣਗੇ ਤੁਹਾਨੂੰ ਜਿਹੜੇ ਕਿ 8 ਕੁਐਸ਼ਨ ਹੋਣਗੇ ਸ਼ਾਰਟ ਤੇ ਜਿਹੜੇ ਪ੍ਰਾਈਵੇਟ ਵਾਲੇ ਸਟੂਡੈਂਟਸ ਨੇ ਉਹਨਾਂ ਦੇ ਲਈ ਤੇ ਸੀਸੀ ਡਿਪਾਰਟਮੈਂਟ ਵਾਲੇ ਲਈ ਉਹਨਾਂ ਦੇ ਅੰਕ ਤਿੰਨ ਤਿੰਨ ਅੰਕਾਂ ਦਾ ਹੋਣਗੇ 24 ਦਾ ਤੇ ਜਿਹੜੇ ਰੈਗੂਲਰ ਵਾਲੇ ਸਟੂਡੈਂਟਸ ਨੇ ਉਹਨਾਂ ਦੇ ਇਹ 8 ਕੁਐਸ਼ਨ 2 2 ਮਾਰਕਸ ਦੇ ਹੋਣਗੇ 16 ਅੰਕਾਂ ਦੇ ਠੀਕ ਹੈ ਤੇ ਲੌਂਗ ਕੁਐਸਚਨ ਏ ਐਂਡ ਬੀ ਸੈਕਸ਼ਨ ਦੇ ਲੌਂਗ ਕੁਐਸਚਨ ਏ ਐਂਡ ਬੀ ਸੈਕਸ਼ਨ ਦੇ ਵਿੱਚ ਹੋਣਗੇ ਏ ਸੈਕਸ਼ਨ ਦੇ ਵਿੱਚ ਚਾਰ ਕੁਐਸਚਨ ਹੋਣਗੇ ਯੂ ਕੈਨ ਅਟੈਂਪਟ ਐਨੀ ਟੂ ਤੁਸੀਂ ਕੋਈ ਦੋ ਕਰਨੇ ਹੋਣਗੇ ਤੇ ਸੈਕਸ਼ਨ ਬੀ ਦੇ ਵਿੱਚ ਵੀ ਤੁਹਾਨੂੰ ਚਾਰ ਕੁਐਸਚਨ ਹੋਣਗੇ ਤੁਸੀਂ ਕੋਈ ਦੋ ਕਰਨੇ ਹੋਣਗੇ ਤੇ ਜਿਹੜੇ ਇਹ ਦੋ ਕੁਐਸਚਨ ਹੋਣਗੇ ਸਭ ਤੋਂ ਪਹਿਲਾਂ ਤੁਸੀਂ ਉਹਦੇ ਵਿੱਚ ਇੰਟਰੋਡਕਸ਼ਨ ਦੇਣੀ ਹੈ ਜਿਵੇਂ ਮੈਂ ਤਾਂ ਹੁਣ ਪਹਿਲਾਂ ਵੀ ਦੱਸਿਆ ਸੀ ਪੋਲਿਟੀਕਲ ਸਾਇੰਸ ਦੀ ਜਾਣ ਪਛਾਣ ਦੇਣੀ ਹੈ ਜਾਣ ਪਛਾਣ ਦੇਣ ਤੋਂ ਬਾਅਦ ਤੁਸੀਂ ਉਹਨਾਂ ਦੇ ਹੈਡਿੰਗ ਦੇਣੇ ਨੇ ਹੈਡਿੰਗ ਹਨ ਜਿਵੇਂ ਜਿਹੜੇ ਰੈਗੂਲਰ ਵਾਲੇ ਸਟੂਡੈਂਟਸ ਨੇ ਉਹਨਾਂ ਦਾ ਇਹ ਜਿਹੜਾ ਲੌਂਗ ਕੁਐਸਚਨ ਹੋਊਗਾ ਉਹ 12 ਅੰਕਾਂ ਦਾ ਹੋਊਗਾ 12 ਅੰਕਾਂ ਦਾ ਹੋਊਗਾ ਸੋ ਇਹਦੇ ਵਿੱਚ ਤੁਹਾਡੇ ਪੁਆਇੰਟ ਹੋਣੇ ਚਾਹੀਦੇ ਨੇ 10 ਤੋਂ 12 ਤੱਕ 10 ਤੋਂ 12 ਤੱਕ ਤੁਹਾਡੇ ਹੈਡਿੰਗ ਹੋਣੇ ਚਾਹੀਦੇ ਨੇ ਠੀਕ ਹੈ ਹੈਡਿੰਗ ਤੁਸੀਂ ਵੱਧ ਤੋਂ ਵੱਧ ਬਣਾਉਣੇ ਨੇ ਤੇ ਅਗਰ ਹਾਂ ਹੈਡਿੰਗ ਨਹੀਂ ਹੋ ਰਿਹਾ ਤੋ ਤੋ ਨਾ ਵੀ ਤੁਹਾਨੂੰ ਪਹਿਰੇ ਦੇ ਵਿੱਚ ਯਾਦ ਨੇ ਕੁਝ ਲਾਈਨਸ ਤੁਸੀਂ ਉਹਨਾਂ ਨੂੰ ਵੀ ਲਿਖ ਸਕਾ ਦਿਓ ਲਾਈਨਾਂ ਨੂੰ ਪੁਆਇੰਟਾਂ ਦੇ ਵਿੱਚ ਤੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਮੇਨ ਕੰਟੈਂਟ ਆ ਉਹਨੂੰ ਪੈਨਸਲ ਨਾਲ ਜ਼ਰੂਰ ਅੰਡਰਲਾਈਨ ਕਰਨਾ ਠੀਕ ਹੈ ਜੇ ਅਗਰ ਤੁਸੀਂ ਹੈਡਿੰਗ ਵੀ ਦੇ ਰਹੇ ਹੋ ਕੋਈ ਹੈਡਿੰਗ ਦੇ ਵਿੱਚ ਵੀ ਤੁਸੀਂ ਕੋਈ ਮੇਨ ਲਿਖ ਰਹੇ ਹੋ ਜਿਵੇਂ ਸਪੋਜ਼ ਮੁੰਦਰ ਗੁਪਤ ਦੀਆਂ ਜਿੱਤਾਂ ਬਾਰੇ ਲਿਖ ਰਹੇ ਹੋ ਤੁਸੀਂ ਉਹਦੇ ਵਿੱਚ ਦੱਸਣਾ ਹੈ ਕਿ ਉੱਤਰੀ ਭਾਰਤ ਦੇ ਉਹਨੇ ਕਿੰਨੀਆਂ ਜਿੱਤਾਂ ਤੇ ਦੱਖਣੀ ਭਾਰਤ ਦੇ ਵਿੱਚ ਉਹਨੇ 12 ਜਿੱਤੀਆਂ ਸੀ ਹਨਾ 12 ਰਾਜਿਆਂ ਨੂੰ ਤੇ ਉੱਤਰ ਦੇ ਵਿੱਚ ਉਹਨੇ 9 ਉਹ ਚੀਜ਼ ਨੂੰ ਵੀ ਤੁਸੀਂ ਅੰਡਰਲਾਈਨ ਕਰ ਸਕਦੇ ਪੈਨਸਲ ਦੇ ਨਾਲ ਓਕੇ ਐਵੇਂ ਮਤਲਬ ਕਿ ਕਲੀਅਰਟੀ ਹੋਵੇ ਪੇਪਰ ਦੇ ਵਿੱਚ ਤੇ ਐਂਡ ਦੇ ਵਿੱਚ ਸਿੱਟਾ ਜ਼ਰੂਰ ਕੱਢਣਾ ਜਿਵੇਂ ਪੋਲਿਟਿਕਲ ਸਾਇੰਸ ਚ ਤੁਸੀਂ ਕੱਟਿਆ ਹੋਣਾ ਐਵੇਂ ਹੀ ਸੇਮ ਹਿਸਟਰੀ ਦੇ ਵਿੱਚ ਵੀ ਸਿੱਟਾ ਕੱਢਣਾ ਤੇ ਸੋਸ਼ੀਓਲੋਜੀ ਚ ਵੀ ਤੁਸੀ ਕੱਢਣਾ ਹੋਊਗਾ ਜਿਹੜੇ ਵੀ ਤੁਹਾਡੇ ਹੁਣ ਇਹ ਵੱਡੇ ਕੁਐਸਚਨਸ ਹੁੰਦੇ ਨੇ ਬੀਏ ਦੇ ਵਿੱਚ ਉਹਨਾਂ ਨੂੰ ਬੇਸ਼ੱਕ ਆਪਾਂ ਪਲੱਸ 2 ਦੇ ਵਿੱਚ ਵੀ ਕੱਢਦੇ ਸੀ ਬਟ ਕਈ ਵਾਰ ਬੱਚੇ ਛੱਡ ਦਿੰਦੇ ਸੀ ਬਟ ਹੁਣ ਮੰਡੇਟਰੀ ਹੁੰਦਾ ਜ਼ਰੂਰੀ ਹੁੰਦਾ ਤਾਂ ਹੀ ਕੁਐਸਚਨ ਹੈ ਜਿਹੜੇ ਕਿ ਕੰਪਲੀਟ ਸਮਝਿਆ ਜਾਂਦਾ ਇਹਦੇ ਨਾਲ ਇਫੈਕਟ ਪੈਂਦਾ ਤੁਹਾਡੇ ਮਾਰਕਸ ਤੇ ਸਿੱਟਾ ਜ਼ਰੂਰ ਕੱਢਣਾ ਹੁੰਦਾ ਉਸ ਤੋਂ ਬਾਅਦ ਜਿਹੜੇ ਸ਼ਾਰਟ ਕੁਐਸ਼ਨਸ ਨੇ ਜਿਹੜੇ 2 2 ਮਾਰਕਸ ਵਾਲੇ ਨੂੰ ਤੁਸੀਂ 7 ਤੋਂ 8 ਲਾਈਨਾਂ ਦੇ ਵਿੱਚ ਦੇਣੇ ਨੇ ਠੀਕ ਹੈ 7 ਤੋਂ 8 ਲਾਈਨਾਂ ਦੇ ਵਿੱਚ ਇਹਨਾਂ ਨੇ ਦੱਸਿਆ ਹੋਇਆ ਵੀ ਹੈ ਦੇਖੋ ਹਾਂਜੀ 8 ਸ਼ਾਰਟ ਕੁਐਸ਼ਨ 20 ਤੋਂ 25 ਵਰਡ ਦੇ ਵਿੱਚ ਲਿਖਣੇ ਨੇ ਤੁਸੀਂ ਠੀਕ ਹੈ ਤੇ ਜਿਹੜੇ ਹੁਣ ਇਹ ਪ੍ਰਾਈਵੇਟ ਵਾਲੇ ਤੇ ਸੀਸੀ ਡਿਪਾਰਟਮੈਂਟ ਵਾਲੇ ਸਟੂਡੈਂਟਸ ਨੇ ਉਹਨਾਂ ਦੇ ਜਿਹੜੇ ਸ਼ਾਰਟ ਕੁਐਸ਼ਨ ਤਾਂ ਹੋਗੇ 3 3 ਅੰਕਾਂ ਦੇ ਤੇ ਲੌਂਗ ਕੁਐਸ਼ਨ ਉਹਨਾਂ ਦੇ ਹੋਣਗੇ ਇਹਨਾਂ ਦੇ ਇਹ ਲੌਂਗ ਕੁਐਸਚਨ ਹੋਣਗੇ 15-15 ਅੰਕਾਂ ਦੇ ਠੀਕ ਹੈ 15-15 ਅੰਕਾਂ ਦੇ ਹੋਣਗੇ ਤੇ ਹੁਣ ਮੈਪ ਜਿਹੜਾ ਮੈਪ ਆ ਪ੍ਰਾਈਵੇਟ ਵਾਲੇ ਸਟੂਡੈਂਟਸ ਨੇ ਉਹਨਾਂ ਦੇ ਲਈ ਮੈਪ 16 ਅੰਕਾਂ ਦਾ ਹੋਊਗਾ ਤੇ ਸੀਸੀ ਡਿਪਾਰਟਮੈਂਟ ਵਾਲਿਆਂ ਲਈ 10 ਅੰਕ ਉਹਨਾਂ ਦੇ ਫਿਲ ਕਰਨ ਦੇ ਹੋਣਗੇ 6 ਅੰਕ ਉਹਨਾਂ ਦੇ ਰਿਟਰਨ ਦੇ ਵਿੱਚ ਹੋਣਗੇ ਵੀ ਜੋ ਉਹਨੂੰ ਲਿਖੋਗੇ ਤੇ ਜਿਹੜੇ ਰੈਗੂਲਰ ਵਾਲੇ ਸਟੂਡੈਂਟਸ ਨੇ ਉਹਨਾਂ ਦਾ ਇਹ ਮੈਪ 11 ਅੰਕਾਂ ਦਾ ਹੋਊਗਾ 7 ਅੰਕ ਤੁਹਾਨੂੰ ਫਿਲ ਕਰਨ ਦੇ 4 ਅੰਕ ਤੁਹਾਨੂੰ ਜਿਹੜੇ ਕਿ ਉਹਦੇ ਐਕਸਪਲੇਨੇਸ਼ਨ ਕਰਨ ਦੇ ਸੋ ਆਪਾਂ ਮੈਪ ਤੁਹਾਡੇ ਫੁੱਲ ਪ੍ਰਿਪੇਅਰ ਕਰਵਾਵਾਂਗੇ ਹੁਣ ਆਪਾਂ ਸਿਲੇਬਸ ਦੇਖ ਲੈਂਦੇ ਆ ਵੀ ਕਿਹੜਾ ਤੁਸੀਂ ਇਹਦੇ ਵਿੱਚੋਂ ਛੱਡ ਸਕਦੇ ਹੋ ਪਾਰਟ A ਤੇ B ਦੇ ਵਿੱਚ ਕੀ ਕੁਛ ਆ ਪਾਰਟ A ਦੇ ਵਿੱਚ ਜਿਵੇਂ ਹੈਗੇ ਨੇ ਜੀਓਗ੍ਰਾਫੀਕਲ ਫੀਚਰਸ ਆਫ ਇੰਡੀਆ देयर ਇੰਪੈਕਟ ਠੀਕ ਹੈ ਇਹਦੇ ਵਿੱਚ ਜਿਹੜਾ ਫਰਸਟ ਚੈਪਟਰ ਆ ਵੀ ਪੰਗੋਲੀਕ ਵਿਸ਼ੇਸ਼ਤਾਵਾਂ ਵਾਲਾ ਠੀਕ ਹੈ ਭਾਰਤ ਦੀ ਉਹਦੇ ਵਿੱਚੋਂ ਆ ਤੇ ਉਸ ਤੋਂ ਅੱਗੇ ਸਰੋਤ ਨੇ ਇੰਡੀਅਨ ਹਿਸਟਰੀ ਦੇ ਮੇਜਰ ਸੋਰਸਸ ਸਰੋਤ ਇਹ ਵਾਲਾ ਚੈਪਟਰ ਹੈ ਹੜੱਪਾ ਸੱਭਿਤਾ ਵਾਲਾ ਠੀਕ ਹੈ ਰਿਗਵੇਦਿਕ ਕਾਲ ਤੇ ਉੱਤਰਵੈਦਿਕ ਦੇ ਦੋਨੋਂ ਹੀ ਨੇ ਦੇਖੋ ਰਿਗਵੇਦਿਕ ਕਾਲ ਤੇ ਲਿਟਰਵੈਦਿਕ ਲਿਟਰਵੈਦਿਕ ਹੁੰਦਾ ਉੱਤਰਵੈਦਿਕ ਕਾਲ ਉੱਤਰਵੈਦਿਕ ਕਾਲ ਜਾਂ ਰਿਗਵੇਦਿਕ ਕਾਲ ਇਹ ਸੀ ਕੱਲਾ ਰਿਗਵੇਦਿਕ ਕਾਲ ਤੇ ਉਸ ਤੋਂ ਅੱਗੇ ਆਊਗਾ ਮੂਵਮੈਂਟਸ ਨੇ ਇਹ ਕਿਹਨਾਂ ਕਿਹਨਾਂ ਨੇ ਨੇ ਮਹਾਵੀਰ ਤੇ ਮਹਾਤਮਾ ਬੁੱਧ ਤੇ ਮਹਾਤਮਾ ਮਹਾਤਮਾ ਬੁੱਧ ਤੇ ਮਹਾਵੀਰ ਇਹਨਾਂ ਦੀਆਂ ਕੀ ਕਿਹਨੇ ਟੀਚਿੰਗਸ ਨੇ ਸਿੱਖਿਆਵਾਂ ਤੇ ਇਹਨਾਂ ਦੇ ਪ੍ਰਭਾਵ ਇਹ ਇਹ ਮਤਲਬ ਕਿ ਤੁਹਾਡਾ ਇਹ ਪਾਰਟ ਦੇ ਵਿੱਚ ਹੁਣ ਤੁਸੀਂ ਇਹਦੇ ਵਿੱਚੋਂ ਪੰਜ ਚੈਪਟਰਸ ਨੇ ਪੰਜ ਚੈਪਟਰਾਂ ਜਦੋਂ ਉਹਨਾਂ ਚਾਰ ਕੁਐਸਚਨ ਆਉਣੇ ਮਤਲਬ ਕਿ ਚਾਰ ਚੈਪਟਰ ਤਾਂ ਪੱਕੇ ਤੁਸੀਂ ਕਰਨੇ ਹੀ ਕਰਨੇ ਨੇ ਹਨਾ ਹਰ ਇੱਕ ਚੈਪਟਰ 'ਚ ਇੱਕ ਕੁਐਸਚਨ ਤੁਹਾਡਾ ਜਾਊਗਾ ਤੁਸੀਂ ਇਹਦੇ ਵਿੱਚੋਂ ਇੱਕ ਕੋਈ ਚੈਪਟਰ ਛੱਡ ਸਕਦੇ ਹੋ ਅ ਐਵੇਂ ਕਰਨਾ ਅਗਰ ਤੁਸੀਂ ਐਵੇਂ ਨਹੀਂ ਕਰਨਾ ਤੁਸੀਂ ਆਪਾਂ ਹੁਣ ਪ੍ਰੀਵੀਅਸ ਇਗਜ਼ਾਮ ਦੇਖਾਂਗੇ ਤੁਸੀਂ ਉਹ ਆਪਣੇ ਟਿੱਕ ਕਰਕੇ ਜਿੱਥੋਂ ਵੀ ਤੁਸੀਂ ਤਿਆਰੀ ਕਰ ਰਹੇ ਹੋ ਹੈਲਪ ਬੁੱਕ 'ਚੋਂ ਕਰ ਰਹੇ ਹੋ ਜਾਂ ਬੁੱਕ 'ਚੋਂ ਕਰ ਰਹੇ ਹੋ ਉੱਥੇ ਆਪਣੇ ਤੁਸੀਂ ਨੋਨ ਟਿੱਕ ਲਗਾ ਕੇ ਉਹ ਉਹ ਤੁਸੀਂ ਯਾਦ ਕਰ ਸਕਦੇ ਹੋ ਸੈਕਸ਼ਨ ਬੀ ਦੇ ਵਿੱਚ 25 ਚੈਪਟਰਸ ਨੇ ਪੰਜ ਚੈਪਟਰਾਂ ਚੋਂ ਤੁਸੀਂ ਇੱਕ ਛੱਡ ਸਕਦੇ ਹੋ ਜਿਹੜਾ ਤੁਹਾਨੂੰ ਟਫ ਲੱਗਦਾ ਠੀਕ ਹੈ ਜਿਵੇਂ ਇਹਦੇ ਵਿੱਚ 에ਜ ਆਫ ਮੋਰੀਅਸ ਮੋਰੀਆ ਦੇ ਜਿਹੜੇ ਕੀ ਰਾਜੇ ਨੇ ਉਹਨਾਂ ਵਾਰਿਆ ਚੰਦਰਗੁਪਤ ਮੋਰੀਆ ਤੇ ਅਸ਼ੋਕ ਇਹਨਾਂ ਦੀ ਪਾਲਿਸੀ ਕੀ ਸੀ ਇਹਨਾਂ ਦਾ ਸ਼ਾਸਨ ਪ੍ਰਬੰਧ ਕੀ ਸੀ ਤੇ ਅਸ਼ੋਕ ਦਾ ਧਰਮ ਚੱਕ ਪਰਿਵਰਤਨ ਵੀ ਹੈ ਠੀਕ ਹੈ ਇਹ ਸ਼ਾਰਟ ਕੁਐਸਚਨਾਂ ਚ ਵੀ ਜਾਂਦਾ ਹੁੰਦਾ ਤੇ ਅਸ਼ੋਕ ਦੇ ਆਚੀਵਮੈਂਟਸ ਵੀ ਨੇ ਜਿਵੇਂ ਕਲਿੰਗ ਦੀ ਜਿੱਤ ਸੀ ਉਹਦੀ ਤੇ ਮੌਰੀਆ ਕਾਲ ਦਾ ਪਤਨ ਦੇ ਕਾਰਨ ਨੇ ਉਸ ਤੋਂ ਕੇ ਗੁਪਤ ਗੁਪਤਾਂ ਦਾ ਜਿਹੜੇ ਕਿ ਰਾਜ ਪ੍ਰਬੰਧ ਹੈ ਤੇ ਚੰਦਰਗੁਪਤ ਦੂਜਾ ਤੇ ਸਮੁੰਦਰ ਗੁਪਤ ਤੇ ਗੁਪਤਾਂ ਦਾ ਜਿਹੜੇ ਕਿ ਪਤਨ ਡੈਕਲਾਈਨ ਹੁੰਦਾ ਪਤਨ ਕਿਵੇਂ ਹੋਇਆ ਖਾਤਮਾ ਤੇ ਅਗਲਾ ਹੈ 에ਜ ਆਫ ਵਰਦਨਸ ਵਰਦਨ ਕਿੰਗਡਮ ਦੇ ਹਰਸ਼ ਹਰਸ਼ਵਰਧਨ ਦੇ ਜਿਹੜੇ ਕਿ ਜਿੱਤਾਂ ਨੇ ਕੰਪੈਨੀయన్స్ ਮਤਲਬ ਕਿ ਜਿੱਤਾਂ ਤੇ ਉਹਦਾ ਪੋਲੀਟੀਕਲ ਰਿਲੇਸ਼ਨ ਲਿਟਰੇਚਰ ਕਿਵੇਂ ਦਾ ਸੀ এডੂਕੇਸ਼ਨ ਕਿਵੇਂ ਦੇਸੀ ਉਸ ਤੋਂ ਬਾਅਦ ਡਾਇਨਾਸਟੀਆਂ ਦੇ ਵਿੱਚ ਸਾਊਥ ਦੇ ਵਿੱਚ ਨੇ ਰਾਸ਼ਟਰਕੂਟਸ ਚੌਲੁਕੀਆਜ਼ ਟ੍ਰੋਲਜ਼ ਇਹ ਜਿਹੜੇ ਇਹ ਨੇ ਨਾ ਜਿਹੜਾ 9 ਚੈਪਟਰ ਹੈ ਇਹਦਾ ਤੁਸੀਂ ਸ਼ਾਰਟਲੀ ਕਰੋ ਠੀਕ ਹੈ ਇਹ ਮੈਂ ਸਾਨੂੰ ਪੋਲੀਟੀਕਲ ਚ ਵੀ ਦੱਸਿਆ ਸੀ ਵੀ ਜਿਹੜਾ ਤੁਸੀਂ ਚੈਪਟਰ ਦਾ ਲੌਂਗ ਕੁਐਸਚਨ ਉਹ ਵਿੱਚ ਛੱਡਦੇ ਹੋ ਤੁਸੀਂ ਸ਼ਾਰਟ ਦੇ ਉਹਦੇ ਵਿੱਚ ਸ਼ਾਰਟ ਜ਼ਰੂਰ ਪੜ੍ਹਨੇ ਨੇ ਹੁਣ ਜਿਨ੍ਹਾਂ ਨੇ ਤੁਸੀਂ ਲੌਂਗ ਪੜ੍ਹ ਲਏ ਉਹਨਾਂ ਨੂੰ ਸ਼ਾਰਟ ਪੜ੍ਹਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਲੌਂਗ ਦੇ ਵਿੱਚੋਂ ਹੀ ਸ਼ਾਰਟ ਬਣਦੇ ਨੇ ਲੌਂਗ ਦੇ ਵਿੱਚੋਂ ਹੁਣ ਤੁਸੀਂ ਹੜੱਪਾ ਸੱਭਿਤਾ ਵਾਲੇ ਪੜੋਗੇ ਹਨਾ ਹੜੱਪਾ ਸੱਭਿਤਾ ਤੁਸੀਂ ਸ਼ਾਰਟ ਕੁਐਸਚਨ ਦੇਖੋਗੇ ਮਹਿੰਜੋਦੜੋ ਪੁੱਛਿਆ ਹੁਣ ਜੋ ਤੁਸੀਂ ਲੌਂਗ ਕੁਐਸਚਨ ਕਰੋਗੇ ਉਹਦੇ ਵਿੱਚ ਹੈਡਿੰਗ ਹੋਊਗਾ ਮਹਿੰਜੋਦੜ ਵਾਲਾ ਓਕੇ ਜਿਹੜਾ ਲੌਂਗ ਕੁਐਸਚਨ ਪੜ੍ਹਨ ਉਹਦੇ ਵਿੱਚ ਸ਼ਾਰਟ ਪੜ੍ਹਨ ਦੀ ਕੋਈ ਜ਼ਰੂਰਤ ਨਹੀਂ ਬਟ ਜਿਨ੍ਹਾਂ ਦੇ ਤੁਸੀਂ ਲੌਂਗ ਕੁਐਸਚਨ ਛੱਡੇ ਆ ਉਹਨਾਂ ਦੇ ਸ਼ਾਰਟ ਜ਼ਰੂਰ ਪੜ੍ਹਨੇ ਨੇ ਕਿਉਂਕਿ ਸ਼ਾਰਟ ਦੇ ਵਿੱਚ ਰਿਸਕ ਨਹੀਂ ਲੈਣਾ ਮੇਰੇ ਚ ਕੋਈ ਚੋਆਇਸ ਨਹੀਂ ਹੈ ਤੇ ਨੰਬਰ 9 ਵਾਲੇ ਚੈਪਟਰ ਦੇ ਤੁਸੀਂ ਸ਼ਾਰਟ ਹੀ ਪੜ੍ਹਨੇ ਨੇ ਤੇ ਰਾਜਪੂਤਾਂ ਦੇ ਵਿੱਚੋਂ ਇਹਦੇ ਵਿੱਚੋਂ ਰਾਜਪੂਤਾਂ ਦਾ ਸ਼ਾਸਨ ਪ੍ਰਬੰਧ ਆ ਇਜ਼ੀ ਹੋਤ ਇਹਨਾਂ ਦੀ ਉਤਪਤੀ ਦੇ ਕਾਰਨਾਂ ਦੇ ਵਿਸ਼ੇਸ਼ਤਾਵਾਂ ਇਹ ਵਾਲਾ ਕੁਐਸਚਨ ਆਇਆ ਹੋਇਆ ਠੀਕ ਹੈ ਕਾਫੀ ਐਗਜ਼ਾਮ ਦੇ ਵਿੱਚ ਤਾਂ ਇਹਨੂੰ ਤੁਸੀਂ ਕਰਨਾ ਬਾਕੀ ਤੁਸੀਂ ਆਪਣੇ ਅਕੋਰਡਿੰਗ ਦੇਖਣਾ ਠੀਕ ਹੈ ਵੀ ਕਿਹੜਾ ਤੁਹਾਨੂੰ ਠੀਕ ਲੱਗਦਾ ਹਾਂਜੀ ਹੁਣ ਪ੍ਰੀਵੀਅਸ ਐਗਜ਼ਾਮ ਇਹ ਹੈ ਦਸੰਬਰ 2016 ਦਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਹੜੇ ਕਿਹੜੇ ਕੁਐਸ਼ਨਸ ਆਏ ਹੋਏ ਨੇ ਤੁਸੀਂ ਉਹਨਾਂ ਨੂੰ ਤੁਸੀਂ ਆਪਣਾ ਮਾਰਕ ਕਰਕੇ ਟਿਕ ਕਰਕੇ ਉਹਨਾਂ ਨੂੰ ਤੁਸੀਂ ਯਾਦ ਕਰ ਸਕਦੇ ਹੋ ਕਿਉਂਕਿ ਕੁਐਸ਼ਨਸ ਰਿਪੀਟ ਹੁੰਦੇ ਹੀ ਹੁੰਦੇ ਨੇ ਠੀਕ ਹੈ ਹੁਣ ਜਿਵੇਂ ਇਹਦੇ ਵਿੱਚ ਭਾਰਤ ਦੇ ਭੂਗੋਲਿਕ ਵਿਸ਼ੇਸ਼ਤਾਵਾਂ ਪੁੱਛ ਲਈਆਂ ਸਿੰਧੂ ਘਾਟੀ ਸਭਿਆਨਾ ਨਗਰ ਯੋਜਨਾ ਤੇ ਇਹਦੇ ਪਤਨ ਦੇ ਕਾਰਨ ਸਿੰਧੂ ਘਾਟੀ ਸਭਿਆਤਾ ਕਿਉਂ ਖਤਮ ਹੋ ਗਈ ਦੇ ਕਾਰਨ ਦੱਸਣੇ ਨੇ ਦੋ ਕੁਐਸ਼ਨਸ ਇਕੱਠੇ ਕਰਦੇ ਹੁਣ ਸਿੰਧੂ ਘਾਟੀ ਸਭਿਆਤਾ ਦੇ ਵਿੱਚ ਪਹਿਲਾਂ ਤੁਸੀਂ ਸਿੰਧੂ ਘਾਟੀ ਸਭਿਆਤਾ ਦੀ ਇੰਟਰੋਡਕਸ਼ਨ ਦੇਣੀ ਹੈ ਫਿਰ ਤੁਸੀਂ ਇਹਦੀ ਨਗਰ ਯੋਜਨਾ ਦੇ ਪੁਆਇੰਟ ਬਣਾਓਗੇ ਹਨਾ ਜਿਵੇਂ ਨਗਰ ਯੋਜਨਾ ਦੇ ਤੁਸੀਂ ਇਹਦੇ ਵਿੱਚ 6 ਤੋਂ 7 ਪੁਆਇੰਟ ਬਣਾ ਸਕਦੇ ਹੋ ਫਿਰ ਪਤਨ ਦੇ ਵੀ 6 ਤੋਂ 7 ਪੁਆਇੰਟ ਲਿਖ ਸਕਾਣੇ ਹਨ ਫਿਰ ਐਂਡ ਦੇ ਵਿੱਚ ਸਿੱਟਾ ਕੱਢਣਾ ਹੁਣ ਉੱਤਰਵੈਦਿਕ ਕਾਲ ਦੇ ਵਿੱਚ ਵੀ ਦੋ ਕੁਐਸਚਨਸ ਇਹਨਾਂ ਨੇ ਇਕੱਠੇ ਕਰਦੇ ਸਮਾਜਿਕ ਜੀਵਨ ਵੀ ਧਾਰਮਿਕ ਜੀਵਨ ਵੀ ਹੁਣ ਤੁਸੀਂ 5 ਤੋਂ 6 ਸਮਾਜਿਕ ਜੀਵਨ ਦੇ ਪੁਆਇੰਟ ਲਿਖਦੋਗੇ 5 ਤੋਂ 6 ਹੀ ਧਾਰਮਿਕ ਜੀਵਨ ਦੇ ਪੁਆਇੰਟ ਆ ਜਾਣਗੇ ਤੇ ਉੱਤਰਵੈਦਿਕ ਕਾਲ ਮਤਲਬ ਕਿ ਲੇਟਰ ਵੈਦਿਕ ਕਾਲ ਠੀਕ ਹੈ ਉੱਤਰਵੈਦਿਕ ਕਾਲ ਮਤਲਬ ਕਿ ਲੇਟਰ ਵੈਦਿਕ ਕਾਲ ਆ ਤੇ ਇਹਦੇ ਪਹਿਲਾਂ ਇੰਟਰੋਡਕਸ਼ਨ ਨੇ ਐਂਡ ਦੇ ਵਿੱਚ ਸਿੱਟਾ ਮ ਦੇ ਜੀਵਨ ਵਰਧਸਨ ਫਿਰ ਇਹਨਾਂ ਦੇ ਸਿੱਖਿਆਵਾਂ ਹੁਣ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਦੋ ਕਰ ਲੈਣ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਕੁਐਸਚਨ ਨੇ ਤੇ ਅੱਗੇ ਕਿਹੜੇ ਕਿੱਥੋਂ ਕਿੱਥੇ ਰਿਪੀਟ ਹੋਣਗੇ ਸੈਕਸ਼ਨ ਬੀ ਦੇ ਵਿੱਚ ਅਸ਼ੋਕ ਬਾਰੇ ਪੁੱਛਿਆ ਹੋਇਆ ਤੇ ਸਮੁੰਦਰਗੁੱਪ ਦੇ ਉੱਤਰ ਤੇ ਤਖਨ ਦੀ ਜਿੱਤਾਂ ਹਰਸ਼ਵਰਧਨ ਦਾ ਸਿਵਲ ਤੇ ਸੈਨਿਕ ਪ੍ਰਬੰਧ ਰਾਜਪੁੱਤਾਂ ਦੀ ਵਿਸ਼ੇਸ਼ਤਾਵਾਂ ਮੈਂ ਤੁਹਾਨੂੰ ਤਾਂ ਹੀ ਕਰੀ ਸੀ ਕਿ ਰਾਜਪੁੱਤਾਂ ਵਾਲਾ ਜਿਹੜੇ ਕੀ ਕੁਐਸਚਨ ਆਉਂਦਾ ਹੋਇਆ ਤੇ ਸ਼ਾਰਟ ਕੁਐਸਚਨਸ ਤੁਸੀਂ ਦੇਖ ਸਕਦੇ ਹੋ ਦੇਖੋ ਕਿਹੜੇ-ਕਿਹੜੇ ਨੇ ਠੀਕ ਹੈ ਇੰਡੀਕਾ ਇਹ ਬੁੱਕ ਪੁੱਛੀ ਹੋਈ ਆ ਇੰਡੀਕਾ ਮੈਗੇਸਟੀਨ ਦੀ ਸੀ ਲਿਖੀ ਹੋਈ ਤੇ ਜਿਹੜਾ ਮੈਗੇਸਿਨ ਸੀ ਇਹ ਇੱਕ ਜਨਾਨੀ ਸੀ ਜਿਸ ਨੂੰ ਜਿਹੜੇ ਕਿ ਜਨਾਨ ਜਨਾਨੀ ਹਾਕਮ ਸੈਲਿਊਕਸ ਨੇ ਸੈਲਿਊਕਸ ਨੇ ਚੰਦਰਗੁਪਤ ਮੌਰੀ ਦੇ ਦਰਬਾਰ ਦੇ ਵਿੱਚ ਰਾਜਦੂਤ ਬਣਾ ਕੇ ਭੇਜਿਆ ਸੀ ਤੇ ਇਹ ਮੌਰੀਆ ਸਮਰਾਟ ਦੀ ਜਿਹੜੀ ਰਾਜਧਾਨੀ ਸੀ ਪਾਟਲੀਪੁੱਤਰ ਦੇ ਵਿੱਚ 302 ਈਸਵੀ ਪੂਰਵ ਤੋਂ ਲੈ ਕੇ 298 ਈਸਵੀ ਪੂਰਵ ਤੱਕ ਰਿਹਾ ਸੀ ਅੱਗੇ ਬੁੱਧ ਸੰਗਤਨ ਜ਼ੋਰਦਾਰ ਅੰਜੇਸ਼ਵਰ ਮੰਦਿਰ ਫਾਇ ਜਾਣ ਠੀਕ ਹੈ ਫਾਇ ਜਾਣੇ ਜਿਹੜੇ ਕਿ ਚਿਨੀ ਯਾਤਰੀ ਸੀ ਜਿਹੜਾ ਬੁੱਧ ਧਰਮ ਦੇ তীਰਥ ਸਥਾਨਾਂ 'ਤੇ ਯਾਤਰਾ ਕਰਨ ਲਈ ਠੀਕ ਹੈ ਵੋਧੀ ਗ੍ਰੰਥਾਂ ਦੇ ਬਾਰੇ ਪ੍ਰਾਪਤ ਕਰਨ ਦੇ ਲਈ ਜਾਣਕਾਰੀ ਚੰਦਰਗੁਪਤ ਦੂਜੇ ਦੇ ਦਰਬਾਰ ਦੇ ਵਿੱਚ ਆਇਆ ਸੀ ਇਹ ਚੀਨ ਚੀਨ ਤੋਂ ਆਇਆ ਸੀ 6 ਸਾਲ ਇਹਨਾਂ ਭਾਰਤ ਦੇ ਵਿੱਚ ਰਹਿਣਾ ਸੀ ਇਹ 405 ਤੋਂ ਲੈ ਕੇ 411 ਈਸਵੀ ਤੱਕ ਅਕੇ ਮੰਡਲਮ ਕੀ ਹੈ ਚੋਲ ਰਾਜ ਦੇ ਵਿੱਚੋਂ ਆ ਗਿਆ ਤੇ ਮਹਾਦੋਬੋਧ ਤੇ ਜੈਨ ਧਰਮ ਨਾਲ ਸੰਬੰਧਿਤ ਨਕਸ਼ੇ ਦੇ ਵਿੱਚ ਸਥਾਨ ਤੁਸੀਂ ਫਿਲ ਕਰਨੇ ਨੇ ਠੀਕ ਹੈ ਤੇ ਜਾਂ ਮੌਰੀਆ ਸਾਮਰਾਜ ਨੂੰ ਭਰ ਦੇ ਨਕਸ਼ੇ ਦੇ ਵਿੱਚ ਫਿਲ ਕਰਨਾ ਹਾਂਜੀ ਅੱਗੇ ਹੈ 2017 ਵਾਲਾ ਤੁਸੀਂ ਦੇਖ ਸਕਦੇ ਹੋ 2017 ਵਾਲਾ ਕਿਹੜੇ ਕਿਹੜੇ ਕੁਐਸਚਨ ਸੀ ਠੀਕ ਹੈ ਇਤਿਹਾਸ ਦੇ ਸੋਮੇ ਪੁੱਛੇ ਹੋਣ ਹੁਣ ਇਹਦੇ ਵਿੱਚ ਸਿੰਧ ਘਾਟੀ ਸਭਿਆਲਾ ਦਾ ਪਤਨ ਦੇ ਕਾਰਨ ਰਿਗਵੇਦੀ ਕਾਲ ਦੀ ਹੁਣ ਪਹਿਲਾਂ ਉੱਤਰਵੇਦੀ ਕਾਲ ਸੀ ਹੁਣ ਕੱਲਾ ਰਿਗਵੇਦੀ ਕਾਲ ਪੁੱਛ ਲਿਆ ਇਹਨਾਂ ਦੇ ਸਾਰੇ ਰਿਗਵੇਦਿਕ ਤੇ ਉੱਤਰਵੇਦਿਕ ਦੇ ਵਿੱਚ ਉਹ ਸਿਰਫ ਇਸ ਤਰ੍ਹਾਂ ਦੀ ਸਥਿਤੀ ਤੇ ਉਹਨਾਂ ਦੇ ਸਮਾਜਿਕ ਜੀਵਨ ਜਿਹੜਾ ਉਹਨਾਂ ਦੇ ਵਿੱਚ ਚੇਂਜਸ ਹੋਣਗੇ ਬਾਕੀ ਸਿਮਿਲਰ ਸਿਮਿਲਰ ਜੇ ਪੁਆਇੰਟ ਹੋਣਗੇ ਇਹਨਾਂ ਦੇ ਵਿੱਚ ਤੇ ਜੰਤਰਮ ਦੇ ਸਿੱਖਿਆਮਾ ਬੁੱਧ ਧਰਮ ਦੇ ਸਿੱਖਿਆਮਾ ਇਹਨਾਂ ਵਿੱਚ ਵੀ ਕੁਝ ਕੁਝ ਪੁਆਇੰਟ ਹੀ ਅਲੱਗ ਹੋਣਗੇ ਬਾਕੀ ਸੇਮ ਸੇਮ ਪੁਆਇੰਟ ਹੀ ਹੁੰਦੇ ਨੇ ਤੇ ਅਸ਼ੋਕ ਦੇ ਧਰਮ ਦੇ ਵਿਸ਼ੇਸ਼ਤਾਵਾਂ ਅਸ਼ੋਕ ਦੇ ਧੰਮ ਧਰਮ ਮਤਲਬ ਕਿ ਅਸ਼ੋਕ ਦੇ ਜਿਹੜਾ ਧੰਮ ਚਲਾਇਆ ਸੀ ਉਹਨੇ ਤੇ ਸਮੁੰਦਰ ਗੁਪਤੇ ਜਿੱਤਾਂ ਚੋਲ ਦਾ ਰਾਜਪੁਰਮ ਦੇ ਸ਼ਾਸਨਪੁਰਮ ਦੇ ਪੁੱਛ ਲਿਆ ਹੋਣਾ ਬਟਾ ਕਰ ਤੁਸੀਂ ਇਹ ਚੈਪਟਰ ਆਪਣਾ ਕਿਹਾ ਜੀ ਛੱਡ ਦੋ ਤਾਂ ਬਾਕੀ ਸਾਨੂੰ ਕੁਐਸਚਨਸ ਮਿਲ ਜਾਣਗੇ ਜਿਵੇਂ ਜਿ ਮੇਰਾ ਰਾਜਪੂਤਾਂ ਦੀ ਉਤਪਤੀ ਸੰਬੰਧੀ ਕਿਹੜੇ ਕਿਹੜੇ ਸਿਧਾਂਤ ਨੇ ਤੇ ਹੁਣ ਪਾਠ ਸੀ ਦੇ ਵਿੱਚ ਸ਼ਾਰਟ ਕੁਐਸਚਨਸ ਨੇ ਦੱਖਣੀ ਪਠਾਰ ਕੀ ਹੈ ਤ੍ਰਿਪਟਿਕਾ ਹਾਂਜੀ ਜਿਵੇਂ ਹੁਣ ਇਹ 2017 ਵਾਲੇ ਚ ਜਿਵੇਂ ਇਹ ਸ਼ਾਰਟ ਕੁਐਸਚਨ ਹੈ ਨਾ ਸਟੂਡੈਂਟਸ ਜਿਵੇਂ ਇਹਨਾਂ ਨੇ ਖੁੱਲੇ ਛੱਡਾ ਕੋਟੱਲਿਆ ਹਨਾ ਕੋਟੱਲਿਆ ਬਾਰੇ ਤੁਸੀਂ ਦੱਸਣਾ ਐਵੇਂ ਜਿਵੇਂ ਫਾਇ ਜਾਣ ਬਾਰੇ ਕੁਛ ਸਾਦੇ ਨੇ ਮੈਗਜ਼ੀਨ ਬਾਰੇ ਹਨਾ ਜਾਂ ਇਹਨਾਂ ਦੀ ਜਿਵੇਂ ਆਪਾਂ ਨੇ ਪਹਿਲਾਂ ਦੇਖਿਆ ਸੀ ਕਿ ਇੰਡੀਗਾ ਬਾਰੇ ਪੁੱਛ ਲਿਆ ਇਕੱਲੇ ਪੁਸਤਕ ਬਾਰੇ ਪੁੱਛ ਸਕਦੇ ਨੇ ਕੋਟੱਲਿਆ ਦੀ ਪੁਸਤਕ ਸੀ ਅਰਥਸ਼ਾਸਤਰ ਅਰਥਸ਼ਾਸਤਰ ਬਾਰੇ ਪੁੱਛ ਸਕਦੇ ਨੇ ਤਾਂ ਤੁਸੀਂ ਅਗਰ ਅਰਥਸ਼ਾਸਤਰ ਬਾਰੇ ਪੁੱਛਿਆ ਜਾਂ ਕੋਟੱਲਿਆ ਬਾਰੇ ਪੁੱਛਿਆ ਤਾਂ ਉਹੀ ਵੇਰਵਾ ਦੇਣਾ ਕਿ ਕੋਟੱਲਿਆ ਨਰਸ਼ਾਸਤਰ ਪੁਸਤਕ ਲਿਖੀ ਜਿਸ ਦੇ ਵਿੱਚ ਉਹਨੇ ਇਹ ਚੀਜ਼ ਲਿਖਿਆ ਕੋਟੱਲਿਆ ਹੈ ਕੌਣ ਸੀ ਠੀਕਾ ਕੋਟੱਲਿਆ ਦਾ ਹੋਰ ਕੀ ਕੀ ਨਾਂ ਨੇ ਜਿਵੇਂ ਕੋਟੱਲਿਆ ਨੂੰ ਚਾਨਕਿਆ ਵੀ ਕਿਹਾ ਗਿਆ ਤੇ ਕਟੱਲਿਆ ਜਿਹੜੇ ਕਿ ਚੰਦਰਗੁਪਤ ਮੌਰੀਆ ਦਾ ਪ੍ਰਧਾਨ ਮੰਤਰੀ ਸੀ ਇਹਨੂੰ ਵਿਸ਼ਨੂ ਵਿਸ਼ਨੂ ਗੁਪਤ ਵੀ ਕਿਹਾ ਗਿਆ ਇਹਨੇ ਕਿਹੜੀ ਕਿਤਾਬ ਲਿਖੀਆ ਅਰਥਸ਼ਾਸਤਰ ਤੇ ਅਰਥਸ਼ਾਸਤਰ ਦੇ ਵਿੱਚ ਕੀ ਵਿਸ਼ਾ ਹੈ ਉਹ ਤੁਸੀਂ ਇਹਦੇ ਵਿੱਚ ਫੇਰਵਾ ਦੇਣਾ ਅਗਰ ਅਰਥਸ਼ਾਸਤਰ ਬਾਰੇ ਪੁੱਛ ਲੈਣਗੇ ਫਿਰ ਤੁਸੀਂ ਫਿਰ ਵੀ ਉਵੇਂ ਹੀ ਲਿਖਣਾ ਕਿ ਅਰਥਸ਼ਾਸਤਰ ਕਟੱਲਿਆ ਦੁਆਰਾ ਲਿਖੀ ਗਈ ਪੁਸਤਕ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਜਿਵੇਂ ਇੰਡੀਕਾ ਬਾਰੇ ਵੀ ਪੁੱਛਿਆ ਜਾਵੇ ਇੰਡੀਕਾ ਜਿਹੜੀ ਕਿ ਕਿਸ ਦੀ ਆ ਮੈਗਜ਼ੀਨ ਦੀ ਆ ਉਤੇ ਮੈਗਜ਼ੀਨ ਇੱਕ ਜਨਾਨੀ ਸ਼ਾਸਤਰੀ ਜਿਸ ਨੂੰ ਸੈਲਿਕਸ ਨੇ ਚੰਦਰਗੁਪਤ ਮੌਰੇ ਦੇ ਦਰਬਾਰ ਦੇ ਵਿੱਚ ਰਾਜਦੂਤ ਦੇ ਵਜੋਂ ਭੇਜਿਆ ਸੀ ਐਵੇਂ ਲਿਖਣਾ ਅਗਰ ਉਹਦੀ ਪੁਸਤਕ ਬਾਰੇ ਪੁੱਛਿਆ ਤਾਂ ਵੀ ਮਤਲਬ ਕਿ ਖੁੱਲਾ ਕੁਐਸਚਨ ਹੋਵੇ ਤਾਂ ਉਹਦੇ ਵਿੱਚ ਤੁਸੀਂ ਮੇਨ ਮੇਨ ਚੀਜ਼ਾਂ ਲਿਖਣੀਆਂ ਨੇ ਜਿਵੇਂ ਅਗਰ ਖੁੱਲਾ ਕੁਐਸਚਨ ਹੀ ਆਪਾਂ ਲਗਾ ਲਈਏ ਜਿਵੇਂ ਸ਼ੋਕ ਦੇ ਧੰਮ ਬਾਰੇ ਸਿਧਾਂਤ ਸ਼ੋਕ ਦੇ ਧੰਮ ਬਾਰੇ ਪੁੱਛਿਆ ਜਾਵੇ ਅਸ਼ੋਕ ਦੇ ਧੰਮ ਦੇ ਵਿੱਚ ਸਿਧਾਂਤ ਵੀ ਆਉਂਦੇ ਨੇ ਤੇ ਉਹਦੇ ਸਿਧਾਂਤ ਦੇ ਕੀ ਪ੍ਰਭਾਵ ਪਏ ਉਹ ਵੀ ਆਉਂਦੇ ਤੇ ਸਿਧਾਂਤ ਹੈ ਕੀ ਚੀਜ਼ ਆ ਸ਼ੋਕ ਦੇ ਧੰਮ ਉਹ ਵੀ ਆਉਂਦਾ ਹੈ ਤਾਂ ਉਹਦੇ ਵਿੱਚ ਛੋਟਾ ਜਿਹਾ ਦੇ ਕੇ ਕਿ ਅਸ਼ੋਕ ਦੇ ਧਰਮ ਦਾ ਅਰਥ ਕੀ ਹੈ ਸੰਖੇਪ ਦੇ ਵਿੱਚ ਲਿਖ ਕੇ ਫਿਰ ਉਹਦੇ ਸਿਧਾਂਤਾਂ ਨੇ ਹੈਡਿੰਗ ਬਣਾਉਣੇ ਨੇ ਜਿਵੇਂ ਵੱਡਾ ਨਾਦਰ ਛੋਟਾ ਦਾ ਪਿਆਰ ਆਤਮ ਪ੍ਰੀਖਿਆ ਅਹਿੰਸਾ ਇਹ ਸਾਰੇ ਓਨਲੀ ਹੈਡਿੰਗ ਹੈਡਿੰਗ ਲਿਖਣੇ ਨੇ ਓਕੇ ਤੇ ਅੱਗੇ ਤੁਸੀਂ ਦੇਖ ਸਕਦੇ ਹੋ ਲੋਕੇਸ਼ਨ ਦੂਜਾ ਸੰਮਤ ਪ੍ਰਣਾਲੀ ਪੁੱਛਿਆ ਗਿਆ ਤੇ ਇਹਦੇ ਵਿੱਚ ਨਕਸ਼ਾ ਹੈ ਮਹਾਤਮਾ ਬੁੱਧ ਤੇ ਮਹਾਵੀਰ ਦੇ ਨਾਲ ਸੰਬੰਧਿਤ ਸਥਾਨ ਪੁੱਛੇ ਗਏ ਨੇ ਜਾਂ ਗੁਪਤ ਸਾਮਰਾਜ ਪੁੱਛਿਆ ਗਿਆ ਓਕੇ ਅੱਗੇ ਹੈ 2018 ਵਾਲਾ ਤੁਸੀਂ 2018 ਵਾਲੇ ਚ ਵੀ ਦੇਖ ਸਕਦੇ ਹੋ ਹਾਂਜੀ ਸਟੂਡੈਂਟਸ ਇਹ ਪਤਾ ਕਰ ਰਹੇ ਹਾਂ ਐਜ਼ ਅ ਮਾਡਲ ਟੈਸਟ ਪੇਪਰ ਕਿਉਂਕਿ ਪ੍ਰੀਵੀਅਸ ਐਗਜ਼ਾਮ ਦੇ ਵਿੱਚੋਂ ਹੀ ਐਗਜ਼ਾਮ ਆ ਜਿਹੜੇ ਕਿ ਰਿਪੀਟਡ ਕੁਐਸਚਨ ਹੁੰਦੇ ਨੇ ਤੁਸੀਂ ਦੇਖ ਹੀ ਚੁੱਕੇ ਹੋ ਹੁਣ ਕਿੰਨੇ ਐਗਜ਼ਾਮ ਦਿੱਤੇ ਨੇ ਕੁਐਸਚਨ ਸਾਰੇ ਰਿਪੀਟ ਹੁੰਦੇ ਨੇ ਓਕੇ ਸ्रोत ਦੇ ਕੁਐਸਚਨਸ ਦੇਖ ਸਕਦੇ ਹੋ ਹੁਣ ਜਿਵੇਂ ਇਤਿਹਾਸ ਦੇ ਸਰੋਤ ਪੁੱਛੇ ਗਏ ਨੇ ਇਥੇ ਤੇ ਰਿਗਵੇਦਿਕ ਕਾਲ ਇੱਕ ਤੁਸੀਂ ਲੇਟਰ ਵੈਦਿਕ ਜਿਹੜਾ ਉਤਰਵੈਦਿਕ ਕਾਲਾ ਨੇ ਇਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਉਤਰਵੈਦਿਕ ਕਾਲ ਦੇ ਵੱਖ-ਵੱਖ ਨਾਂ ਦਿੱਤੇ ਗਏ ਨੇ ਇਹਨਾਂ ਨੇ ਜਿਵੇਂ ਇਹਨੂੰ ਲੇਟਰ ਵੈਦਿਕ ਵੀ ਕਿਹਾ ਜਾਂਦਾ ਠੀਕ ਆ ਉਤਰਵੈਦਿਕ ਕਾਲ ਨੂੰ ਲੇਟਰ ਵੈਦਿਕ ਵੀ ਕਿਹਾ ਜਾਂਦਾ ਤੇ ਇਹਨੂੰ ਬਾਅਦ ਬਾਅਦ ਰਿਗਵੇਦਿਕ ਕਾਲ ਵੀ ਕਿਹਾ ਜਾਂਦਾ ਬਾਅਦ ਰਿਗਵੇਦਿਕ ਕਾਲ ਵੀ ਕਿਹਾ ਜਾਂਦਾ ਪਿਛਲੇ ਰਾ ਵੈਦਿਕ ਕਾਲ ਵੀ ਕਿਹਾ ਜਾਂਦਾ ਇਹ ਧਿਆਨ ਦੇ ਵਿੱਚ ਰੱਖਣਾ ਮਤਲਬ ਕਿ ਤੁਸੀਂ ਰਿਗਵੇਦਿਕ ਕਾਲ ਵਾਲੇ ਵੈਦਿਕ ਕਾਲ ਤੇ ਰਿਗਵੇਦਿਕ ਕਾਲ ਤੇ ਮਹਾਤਮਾ ਬੁੱਧ ਤੇ ਜੈਨ ਤਰਮ ਵਾਲਾ ਤੇ ਸਿੰਧ ਘਾਟ ਸਭ ਤੇ ਇਹ ਚਾਰ ਜਿਹੜੇ ਕਿ ਚੈਪਟਰਸ ਨੇ ਇਹਨਾਂ ਦੇ ਵਿੱਚ ਜਿਹੜੇ ਕੁਐਸਚਨਸ ਨੇ ਤੁਸੀਂ ਪੱਕਾ ਕਰਨੇ ਨੇ ਅਗਰ ਉਹ ਮੈ ਨਹੀਂ ਕਰਨਾ ਤਾਂ ਜਿਹੜੇ ਜਿਹੜੇ ਕੁਐਸਚਨਸ ਨੇ ਉਹਨਾਂ ਨੂੰ ਤੁਸੀਂ ਆਪਣੇ ਜਿਹੜੇ ਵੀ ਜਿਸ ਤੋਂ ਤੁਸੀਂ ਸਟੱਡੀ ਕਰ ਰਹੇ ਹੋ ਅਗਰ ਬੁੱਕ ਤੋਂ ਕਰ ਰਹੇ ਹੋ ਜਾਂ ਹੈਲਪ ਬੁੱਕ ਤੋਂ ਕਰ ਰਹੇ ਹੋ ਉਹਨਾਂ ਦੇ ਵਿੱਚ ਤੁਸੀਂ ਆਪਣੇ ਇਹ ਮਾਰਕ ਕਰਕੇ ਇਹਨਾਂ ਨੂੰ ਯਾਦ ਕਰੋ 2 ਪੋਰਸ਼ਨ ਦੇ ਵਿੱਚ ਮੌਰੀਆ ਸਾਮਰਾਜ ਦੇ ਰਾਜਸੀ ਪ੍ਰਬੰਧਕ ਤੇ ਪ੍ਰਬੰਧਕੀ ਟਾਂਚਾ ਹੁਣ ਇੱਥੇ ਕੁਐਸਚਨ ਖੁੱਲਾ ਹਨਾ ਇਹਦੇ ਵਿੱਚ ਰਾਜਸੀ ਵੀ ਪੁੱਛ ਲਿਆ ਹੁਣ ਇਹ ਨਹੀਂ ਹੈ ਤੁਸੀਂ ਵੀ ਰਾਜਸੀ ਦੇ 12 13 ਪੁਆਇੰਟ ਲਿਖੋ ਤਾਂ 12 13 ਪੁਆਇੰਟ ਹੀ ਪ੍ਰਬੰਧਕੀ ਦੇ ਨੂੰ ਇਹਦੇ ਵਿੱਚ ਤੁਸੀਂ ਇਨਾਂ ਦਾ ਜਿਹੜਾ ਸ਼ਾਸਨ ਪ੍ਰਬੰਧ ਹੁੰਦਾ ਜਿਵੇਂ ਕੇਂਦਰੀ ਰਾਜ ਪ੍ਰਬੰਧ ਦੇ ਤੁਸੀਂ ਪੁਆਇੰਟ ਲਿਖੋਗੇ 6 ਤੋਂ 7 ਠੀਕ ਹੈ ਜਾਂ 5 ਤੋਂ 6 506 ਇਹ ਅਗੇ ਪ੍ਰਾਂਤਿਕ ਪ੍ਰਬੰਧ ਬਾਰੇ ਤੇ ਜਿਹੜਾ ਸਥਾਨਿਕ ਉਹਨੂੰ ਹੈਡਿੰਗ ਦੇ ਵਿੱਚੋਂ ਮਤਲਬ ਕਿ ਉਹਨੂੰ ਪੈਰੇ ਦੇ ਵਿੱਚ ਦੇ ਸਕਦੇ ਹੋ ਪੈਰੇ ਦੇ ਵਿੱਚ ਦੇ ਕੇ ਉਹਦੇ ਵਿੱਚ ਜਿਹੜੇ ਜਿਹੜੇ ਮੇਨ ਲਾਈਨਾਂ ਨੇ ਮੇਨ ਜੋ ਕੰਟੈਂਟ ਆ ਜਿਵੇਂ ਅਸ਼ੋਕ ਦੇ ਧਰਮ ਦੇ ਸਿਧਾਂਤ ਹੀ ਲਿਖੋ ਜਾਂ ਤੁਸੀਂ ਸਮੁੰਦਰ ਗੁਪਤ ਬਾਰੇ ਲਿਖੋ ਸਮੁੰਦਰ ਗੁਪਤ ਦੇ ਵੀ ਜਿਹੜੇ ਉੱਤਰ ਦੇ ਵਿੱਚ ਜਿੱਤਾਂ ਸੀ ਦੱਖਣ ਦੇ ਵਿੱਚ ਦੱਖਣ ਦੇ ਵਿੱਚ ਉਹਨਾਂ ਨੇ 12 ਰਾਜਾਂ ਨੂੰ ਉੱਤਰ ਦੇ ਵਿੱਚ 9 ਰਾਜਾਂ ਨੂੰ ਉਹ ਜਿਹੜੇ ਕਿ ਉਹਨੂੰ ਅੰਡਰਲ ਠੀਕ ਹੈ ਐਵੇਂ ਜਿਹੜੇ ਮੇਨ ਚੀਜ਼ ਆ ਪੈਰੇ ਦੇ ਵਿੱਚ ਲਿਖਰਨ ਨੂੰ ਅੰਡਰਲਾਈਨ ਜ਼ਰੂਰ ਕਰਨਾ ਹਰਸ਼ਵਰਧਨ ਦੀ ਫੌਜੀ ਮਹੀਮਾ ਫੌਜੀ ਮਹੀਮਾ ਮਤਲਬ ਕੀ ਉਹਦੇ ਜਿੱਤਾਂ ਨੇ ਫੌਜੀ ਮਹੀਮਾ ਮਤਲਬ ਕੀ ਹਰਸ਼ਵਰਧਨ ਨੇ ਜਿੱਤਾਂ ਤੇ ਰਾਜਪੂਤਾਂ ਦੀ ਉਤਪਤੀ ਬਾਰੇ ਵਿਚਾਰ ਦੱਸਣੇ ਨੇ ਅੱਗੇ ਮੋਹਨਜੋਦੜੋ ਹੁਣ ਮੋਹਨਜੋਦੜੋ ਵੀ ਖੁੱਲਾ ਕੁਐਸਚਨ ਛੱਡਤਾ ਇਹਨਾਂ ਨੇ ਉਹਲੇ ਕੁਐਸਚਨ ਦੇ ਵਿੱਚ ਮੋਹਨਜੋਦੜਾ ਸ਼ਬਦੀ ਅਰਥ ਦੱਸਣਾ ਮੁਰਦਿਆਂ ਦਾ ਢਿੱਲਾ ਤੇ ਹੈ ਕਿਹੜੀ ਨਦੀ ਦੇ ਸਿੰਧ ਨਤੇ ਸਥਿਤਾ ਕਿੱਥੇ ਸਥਿਤ ਹੈ ਠੀਕਾ ਪਾਕਿਸਤਾਨ ਦੇ ਵਿੱਚ ਕਿੱਥੇ ਸਥਿਤ ਹੈ ਇਹ ਸਾਰਾ ਕੁਝ ਲਿਖਣਾ ਤੁਸੀਂ ਜਿਵੇਂ ਪਾਕਿਸਤਾਨ ਦੇ ਲੜਕਾਨਾ ਜ਼ਿਲ੍ਹੇ ਦੇ ਵਿੱਚ ਸਥਿਤਤਾ ਠੀਕ ਹੈ ਇਹਦੀ ਖੋਜ ਕਿਨੇ ਕਿਤੇ ਬਨਾਰ ਰਖਲਦਾਸ ਬਨਾਰ ਬੈਨਰਜੀ ਰਖਲਦਾਸ ਬੈਨਰਜੀ ਨੇ ਤੇ 7 ਵਾਰ 7 ਵਾਰ ਵਸਿਆ ਤੇ ਮਤਲਬ ਕਿ ਉਹੀ ਹੈ ਨਾ ਅਗਰ ਤੁਸੀਂ ਸ਼ਾਰਟ ਕੁਐਸਚਨ ਦੇ ਵਿੱਚ ਐਨੀ ਸਟੱਡੀ ਕਰਨ ਦੀ ਜਰੂਰਤ ਨਹੀਂ ਆਗੂ ਤੁਸੀਂ ਲੌਂਗ ਕੁਐਸਚਨ ਤੁਹਾਡੇ ਸਾਰੇ ਕਲੀਅਰ ਨੇ ਕਿਉਂਕਿ ਲੌਂਗ ਦੇ ਵਿੱਚ ਜਿਵੇਂ ਹੁਣ ਤੁਸੀਂ ਨਗਰ ਯੋਜਨਾ ਵਿੱਚ ਇਹ ਪੁਆਇੰਟ ਕਰੋਗੇ ਤਾਂ ਤੁਹਾਡਾ ਸਾਰਾ ਆਨਸਰ ਹੀ ਕਲੀਅਰ ਹੋ ਜਾਣਾ ਲੌਂਗ ਕੁਐਸਚਨ ਜਿਹੜੇ ਚੈਪਟਰਾਂ ਦਾ ਲੌਂਗ ਕੁਐਸਚਨ ਕਰ ਰਹੇ ਉਹਦੇ ਸ਼ਾਰਟ ਸਟੱਡੀ ਕਰਨ ਦੀ ਕੋਈ ਨੀਡ ਨਹੀਂ ਹੈ ਹਾਂ ਜਿਨ੍ਹਾਂ ਨੇ ਤੁਸੀਂ ਲੌਂਗ ਕੁਐਸਚਨ ਨਹੀਂ ਕੀਤੇ ਉਹਨਾਂ ਦੇ ਚੈਪਟਰਾਂ ਦੇ ਸ਼ਾਰਟ ਕੁਐਸਚਨ ਜ਼ਰੂਰ ਕਰਨੇ ਨੇ ਕਿਉਂਕਿ ਰਿਸਕ ਨਹੀਂ ਲੈਣਾ ਤੇ ਸ਼ਾਰਟ ਕੁਐਸਚਨ ਚੋਂ ਮਾਰਕਸ ਨਹੀਂ ਕਟਾਉਣੇ ਹੁਣ ਮਹਾਵੀਰ ਠੀਕ ਹੈ ਰਗਵੇਦ ਤੁਸੀਂ ਦੇਖ ਸਕਦੇ ਹੋ ਕੁਐਸਚਨਸ ਤੇ ਮੈਪ ਹੈ ਦੇ ਵਿੱਚ ਵਰਧਮਨ ਮਹਾਵੀਰ ਦੇ ਮੁੱਖ ਸ਼ਹਿਰ ਪੁੱਛੇ ਗਏ ਨੇ ਤੇ ਹਰਸ਼ਵਰਧਨ ਦੇ ਰਾਜ ਦਾ ਵਿਸਥਾਰ ਦੱਸਿਆ ਗਿਆ। ਤੇ ਅੱਗੇ 2019 ਵਾਲਾ 2019 ਵਾਲਾ ਤੁਸੀਂ ਦੇਖ ਸਕਦੇ ਹੋ। ਠੀਕ ਹੈ ਇਹਦੇ ਵਿੱਚ ਕਿਹੜੇ-ਕਿਹੜੇ ਕੁਐਸਚਨਸ ਨੇ। ਹੁਣ ਮਗਰਲਾ ਵੈਦਿਕ ਕਾਲ ਇੱਥੇ ਹੁਣ ਮਗਰਲਾ ਲਿਖਤਾ ਹੋਈ ਤੁਹਾਨੂੰ ਦੱਸ ਰਹੀ ਹਾਂ ਕਿ ਉੱਤਰ ਵੈਦਿਕ ਕਾਲ ਤੋਂ ਬਾਅਦ ਦਾ ਮਗਰਲਾ ਠੀਕ ਹੈ ਤੇ ਪਿਛਲੇਰਾ ਇਹ ਸਾਰੇ ਇਹਦੇ ਨਾਮ ਨੇ। ਤੇ ਸ਼ਾਰਟ ਕੁਐਸਚਨ ਮਹਾਕਾਵ ਇਹਦੇ ਵਿੱਚ ਰਮਾਇਣ ਤੇ ਮਹਾਭਾਰਤ ਆ ਜਾਣਗੇ ਉਹ ਸ਼ੋਕ ਦਾ ਧਰਮ ਦੇਖੋ ਇੱਥੇ ਖੁੱਲਾ ਛੱਡਦਾ ਸ਼ੋਕ ਦਾ ਧਰਮ ਤੁਸੀਂ ਲਿਖਣਾ ਫਿਰ ਉਹਦੇ ਸਿਧਾਂਤ ਲਿਖਣੇ ਨੇ ਓਨਲੀ ਹੈਡਿੰਗ ਨਲੰਦਾ ਵਿਸ਼ਵ ਦਾ ਲੋਕੇਸ਼ਨ ਪਹਿਲਾ ਪਾਟਲੀ ਪੁੱਤਰ ਤੇ ਨਕਸ਼ੇ ਦੇ ਵਿੱਚ ਹੈ ਬੁੱਧ ਧਰਮ ਨਾਲ ਸੰਬੰਧਿਤ ਸਥਾਨ ਦਰਸਾਉਣੇ ਨੇ ਇਹ ਪੈਕਟ ਮੈਪ ਜਿਹੜਾ ਕਿ ਬੁੱਧ ਧਰਮ ਤੇ ਜੈਨ ਧਰਮ ਨਾਲ ਸੰਬੰਧਿਤ ਮਤਲਬ ਕਿ ਬਹੁਤ ਵਾਰ ਰਿਪੀਟ ਹੋਇਆ ਹੋਇਆ ਅਕਸਰ ਹੀ ਰਿਪੀਟ ਹੋਇਆ ਹੈ ਸੋ ਆਪਾਂ ਇਹੀ ਨਕਸ਼ਾ ਕਰਾਂਗੇ ਸਭ ਤੋਂ ਪਹਿਲੇ ਤੇ ਵਿੱਚ ਤੇ ਅੱਗੇ ਹੈ 2020 ਵਾਲਾ ਇਹਦੇ ਵਿੱਚੋ ਆਲੋਚਨਾਤਮਕ ਸਰੋਤਾਂ ਬਾਰੇ ਪੁੱਛਿਆ ਹੋਇਆ ਹੜੱਪਾ ਸਭਿਯਤਾ ਦੇ ਪਤਨ ਦੇ ਕਾਰਨ ਆਰੀਆ ਦੇ ਮੂਲ ਨਿਵਾਸ ਸਥਾਨ ਵੱਖ-ਵੱਖ رائے ਨੇ ਗੋਤਮ ਵਿਧਮ ਹਾਥਮ ਬੁੱਧਿਆ ਸਿੱਖਿਆਵਾਂ ਤੇ ਸੀ ਬੀ ਭਾਗ ਦੇ ਵਿੱਚ ਹੈ ਸ਼ਾਸਨਪ੍ਰੰਦ ਮੌਰੀਆ ਦਾ ਹਰਸ਼ਵਰਧਨ ਦੀਆਂ ਪ੍ਰਾਪਤੀਆਂ ਮਤਲਬ ਕਿ ਜਿੱਤਾਂ ਠੀਕ ਹੈ ਰਾਸ਼ਟ ਗੁੱਟਾਂ ਦੇ ਉਭਾਰ ਦੇ ਕਾਰਨ ਜਾਂ ਰਾਜਪੁੱਤਾਂ ਨੇ ਸ਼ਾਸਨਪ੍ਰੰਦ ਕੁਛ ਲਿਆ ਗਿਆ ਹੁਣ ਇਹ ਸ਼ਕਸ਼ਨ ਸੀ ਦੇ ਵਿੱਚ ਰਾਮਚਰਿਤ ਮਹੌਜ ਜਿਹੜਾ ਰੁਦਰ ਰੁਦਰ ਦੇਵਤਾ ਹੈ ਸ਼੍ਰੀ ਗੁਪਤ ਹਿਉਨ ਸੰਗ ਹੁਣ ਹਿਉਨ ਸੰਗ ਵੀ ਜਿਹੜਾ ਚੀਨੀ ਯਾਤਰੀ ਸੀ ਇਹ ਹਰਸ਼ਵਰਧਨ ਦੇ ਸਮੇਂ ਚ ਭਾਰਤ ਆਇਆ ਸੀ ਇਹਦੇ ਬਾਰੇ ਵੇਰਵਾ ਕਦੋਂ ਤੱਕ ਭਾਰਤ ਦੇ ਵਿੱਚ ਰਿਹਾ ਅੱਗੇ ਮੈਪ ਮਹਾਤਮਾ ਬੁੱਧ ਤੇ ਜਾਂਤਰ ਮੰਨ ਨਾਲ ਸੰਬੰਧਿਤ ਆ ਗਿਆ ਜਾਂ ਦੇ ਵਿੱਚ ਹੈ ਅਸ਼ੋਕ ਵਾਲਾ ਦਾ ਲਾਸਟ ਆ ਜਿਹੜਾ ਕਿ 2022 ਵਾਲਾ ਇਹਦੇ ਵਿੱਚ ਭੂਗੋਲਿਕ ਵਿਸ਼ੇਸ਼ਤਾਵਾਂ ਤੇ ਹੜੱਪਾ ਸਭ ਤੇ ਉਤਪਤੀ ਤਰੀਕ ਸਮਾਂ ਇਹ ਸਾਰਾ ਕੁਝ ਪੁੱਛ ਲਿਆ ਗਿਆ ਇਹਦੇ ਵਿੱਚ ਵਿਸ਼ੇਸ਼ਤਾਵਾਂ ਜਦੋਂ ਹੁਣ ਇਹਦੇ ਵਿੱਚ ਦੇਖੋ ਥੋੜਾ ਉਤਪਤੀ ਬਾਰੇ ਪੈਰਾ ਦਵਾਂਗੇ ਫਿਰ ਇਹਦੇ ਤਰੀਕ ਸਮਾਂ ਪੈਰੇ ਦੇ ਵਿੱਚ ਆਊਗੇ ਸਾਰੇ ਚੀਜ਼ਾਂ ਠੀਕ ਹੈ ਫਿਰ ਇਹਦੇ ਵਿਸ਼ੇਸ਼ਤਾਵਾਂ ਵਿਸ਼ੇਸ਼ਤਾ ਵਿੱਚ ਨਗਰ ਯੋਜਨਾ ਵਿਸ਼ੇਸ਼ਤਾ ਇਹ ਸਾਰਾ ਕੁਝ ਆ ਜਾਊਗਾ ਤੇ ਇਹਨਾਂ ਨੂੰ ਤੁਸੀਂ ਥੋੜਾ ਥੋੜਾ ਕਰਕੇ ਲਿਖੋਗੇ ਆਰੀਆ ਦੇ ਮੁੱਢ ਲੈ ਕਰ ਤੇ ਨੋਟ ਲਿਖਣਾ ਮਤਲਬ ਕਿ ਮੁੱਢਿਆ ਨਿਵਾਸ ਮੁੱਢਲਾ ਜਿਹੜਾ ਨਿਵਾਸ ਸਥਾਨ ਸੀ ਉਹਦੇ ਬਾਰੇ ਵੀਰਵਾ ਦੇਣਾ ਇਹਦੇ ਵਿੱਚ ਖੁੱਲਾ ਕੁਐਸਚਨ ਹੈ ਇਹਦੇ ਵਿੱਚ ਜਿਵੇਂ ਤੁਸੀਂ ਮਰਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੇਰਵਾ ਤੇ ਬਾਦ ਦਾ ਹੁਣ ਬਾਦ ਦਾ ਵੈਦਿਕ ਕਾਲ ਮਤਲਬ ਕੀ ਉੱਤਰ ਵੈਦਿਕ ਕਾਲ ਅੱਗੇ ਮੌਰੀਆ ਸਾਮਰਾਜ ਦੀ ਸਥਾਪਨਾ ਸਮੁੰਦਰ ਗੁਪਤ ਦੇ ਦੀਨ ਸਾਮਰਾਜ ਦਿਖਾਉਣਾ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਹੜੱਪਾ ਸਭਿਅਤਾ ਉੱਤਰ ਵੈਦਿਕ ਕਾਲ ਰਿਗਵੇਦਿਕ ਕਾਲ ਤੇ ਇੱਕ ਇਹਨਾਂ ਦੇ ਵਿੱਚੋਂ ਜਿਹੜਾ ਫਰਸਟ ਅਦੇਵ ਰਾਜਪੂਤਾਂ ਵਾਲਾ ਇਹ ਚਾਰ ਚੈਪਟਰ ਤੁਸੀਂ ਕਰਨੀ ਕਰਨੇ ਨੇ ਜੈਨ ਧਰਮ ਬੁੱਧ ਧਰਮ ਇਹ ਵਾਲਾ ਵੀ ਕਿਉਂਕਿ ਮੈਪ ਦੇ ਵਿੱਚ ਵੀ ਕੰਮ ਆਊਗਾ ਚੈਪਟਰ ਜੋ ਤੁਸੀਂ ਮੈਪ ਦੀ ਵਿਆਖਿਆ ਕਰੋਗੇ ਤੇ ਵਰਦਨ ਸਾਮਰਾਜ ਦੀ ਸਥਾਪਨਾ ਦੇ ਸਮੇਂ ਕਿਹੜੇ-ਕਿਹੜੇ ਸਥਿਤੀਆਂ ਤੇ ਕਾਰਨ ਮਤਲਬ ਕਿ ਵਰਦਨ ਸਾਮਰਾਜ ਕਿਉਂ ਜਿਹੜੇ ਕਿ ਉਹਦੀ ਸਥਾਪਨਾ ਹੋਈ ਕੀ ਰੀਜ਼ਨ ਸੀ ਰਾਸ਼ਟ ਗੁਟਾਂ ਦੇ ਵਿਸਥਾਰ ਨੋਟ ਲਿਖਣਾ ਅਗੇ ਸ਼ਾਰਟ ਕੁਐਸ਼ਨਸ ਨੇ ਤੇ ਮੈਪਾ ਮਾਤੋਂ ਬੁੱਧਨਾਲ ਜੀਵਨ ਨਾਲ ਸੰਬੰਧਿਤ ਜਾ ਹਰਸ਼ਵਰਧਨ ਸਮਰਾਜ ਹਾਂਜੀ ਇਹਨੇ ਜਿਹੜੇ ਕਿ ਮਾਡਲ ਟੈਸਟ ਪੇਪਰ ਐਜ਼ ਅ ਪ੍ਰੀਵੀਅਸ ਇਗਜ਼ਾਮ ਨੇ ਤੁਹਾਡੇ ਪ੍ਰੀਵੀਅਸ ਇਗਜ਼ਾਮ ਜਿਹਨੂੰ ਆਪਾਂ ਐਜ਼ ਅ ਮਾਡਲ ਟੈਸਟ ਪੇਪਰ ਤਿਆਰ ਕਰ ਰਹੇ ਹਾਂ ਤਾਂ ਕਿ ਇਹ ਆਪਣੇ ਇਗਜ਼ਾਮ ਵਧੀਆ ਜਾ ਸਕਣ ਥੈਂਕਸ